ਤਾਂ ਦੱਸਦੀ ਕਿ ਆਇ ਇਸ ਸਾਲ ਗਲਾਬੀ ਸੁੰਡੀ ਕਿਸਾਨਾਂ ਦੀ ਨਰਮੇ ਦੀ ਫਸਲ ਖਰਾਬ ਕਰਦੀ ਰਹਿੰਦੀ ਹੈ ਤਾਂ ਇਸੇ ਦਰਮਿਆਨ ਹੁਣ ਗਲਾਬੀ ਸੁੰਡੀ ਦੇ ਬਚਾਅ ਦੇ ਲਈ ਇੱਕ ਨਵਾਂ ਜੁਗਾੜ ਲਗਾਇਆ ਗਿਆ ਜਿਸ ਦੇ ਵਿੱਚ ਮਾਦਾ ਦੇ ਹਾਰਮੋਨ ਦੇ ਨਾਲ ਇੱਕ ਜਾਲ ਵਿਛਾਇਆ ਜਾਂਦਾ ਹੈ ਜਿਸ ਕਾਰਨ ਫਸਲ ਤੇ ਬੈਠੀ ਗੁਲਾਬੀ ਸੁੰਡੀ ਇਸਤੇ ਇਕੱਠੀ ਹੋ ਜਾਂਦੀ ਹੈ ਤਾਂ ਦੱਸਦੀ ਕਿ ਟ੍ਰੈਪ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਤਿਆਰ ਕੀਤਾ ਗਿਆ ਤਾਂ ਗੁਲਾਬੀ ਸੁੰਡੀ ਦੇ ਪਛਾਹ ਦੇ ਲਈ ਇਹ ਨਵਾਂ ਤਰੀਕਾ ਅਪਣਾਇਆ ਗਿਆ ਤੇ ਫਸਲ ਤੇ ਸੁੰਡੀ ਦਾ ਕਿੰਨਾ ਹਮਲਾ ਹੋਇਆ ਇਸ ਦੇ ਨਾਲ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਤਾਂ ਇਸ ਦੇ ਲਈ ਇੱਕ ਲਿਫਾਫੇ ਦੇ ਵਿੱਚ ਮਾਤਾ ਦੇ ਹਾਰਮੋਨ ਦਾ ਲਿਓਰ ਲਗਾਇਆ ਜਾਂਦਾ ਤੇ ਫਿਰ ਹਾਰਮੋਨ ਦੀ ਖੁਸ਼ਬੂ ਦੇ ਨਾਲ ਗੁਲਾਬੀ ਸੁੰਡੀ ਦੇ ਨਰ ਖਿੱਚੇ ਆਉਂਦੇ ਨੇ ਤੇ ਨਾਲ ਹੀ ਪਮਕੜ ਵੀ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਇਸ ਦੇ ਨਾਲ ਹਫ਼ਤੇ 'ਚ ਫਸਲ ਤੇ ਸੁੰਡੀ ਦੇ ਹਮਲੇ ਦਾ ਅੰਦਾਜ਼ਾ ਲੱਗਦਾ ਹੈ ਜਿਸ ਤੋਂ ਬਾਅਦ ਛਿੜਕਾ ਵੀ ਉਸੇ ਹਿਸਾਬ ਦੇ ਨਾਲ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਇਸ ਟਰੈਪ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਤਾਂ ਗੁਲਾਬੀ ਸੁੰਡੀ ਤੋਂ ਬਚਾਅ ਦੇ ਲਈ ਉਨੇ ਨਵਾਂ ਤਰੀਕਾ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਲਫਾਫੇ ਦੇ ਵਿੱਚ ਮਾਤਾ ਦੇ ਹਾਰਮੋਨ ਦਾ ਲੋਰ ਪਾਇਆ ਜਾਂਦਾ ਜਿਸ ਦੀ ਖੁਸ਼ਬੂ ਸੁੰਘ ਕੇ ਗਲਾਬੀ ਸੁੰਡੀ ਦੇ ਨਰ ਖਿੱਚੇ ਆਉਂਦੇ ਨੇ ਤਾਂ ਕਈ ਹੋਰ ਕੀੜੇ ਮਕੋੜੇ ਪਮਕੜ ਵੀ ਇਸ ਤੇ ਆ ਕੇ ਬੈਠ ਜਾਂਦੇ ਨੇ ਤਾਂ ਇਸ ਦੇ ਨਾਲ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਫਸਲ ਤੇ ਕਿੰਨਾ ਹਮਲਾ ਇਸ ਸੁੰਡੀ ਦਾ ਹੋਇਆ ਜਿਸ ਤੋਂ ਬਾਅਦ ਉਸੇ ਹਿਸਾਬ ਦੇ ਨਾਲ ਫਸਲ ਤੇ ਛਿੜਕਾਅ ਕੀਤਾ ਜਾਂਦਾ ਤਾਂ ਕਈ ਕਿਸਾਨ ਇਸ ਨਵੇਂ ਤਰੀਕੇ ਤੋਂ ਖੁਸ਼ ਵੀ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਇਸ ਦੇ ਨਾਲ ਕਾਫੀ ਫਾਇਦਾ ਹੋ ਰਿਹਾ ਇਸ ਪੋਲੀਥਨ ਦੇ ਵਿੱਚ ਵੱਖਰੇ ਤਰ੍ਹਾਂ ਦਾ ਟਰੈਪ ਹੈ ਜਿਸ ਦੇ ਵਿੱਚ ਗੁਲਾਬੀ ਸੁੰਡੀ ਵਰਗੇ ਕੀਟ ਨੇ ਜਿਹੜੇ ਉਹ ਕੈਦ ਹੋ ਜਾਂਦੇ ਨੇ ਆਖਰਕਾਰ ਇਹ ਤਕਨੀਕ ਕੰਮ ਕਿਵੇਂ ਕਰਦੀ ਇਹ ਵੀ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਔਰ ਦੇਖਣ ਦੀ ਕੋਸ਼ਿਸ਼ ਕਰਦੇ ਕਿ ਲਫਾਫੇ ਦੇ ਵਿੱਚ ਹੈ ਕੀ ਕੀ ਚੀਜ਼ ਇਸ ਦੇ ਵਿੱਚ ਰੱਖੀ ਜਾਂਦੀ ਹੈ ਔਰ ਕਿਵੇਂ ਕੀਟ ਜਿਹੜੇ ਹੈਗੇ ਨੇ ਇੱਥੇ ਸੁੰਡੀਆਂ ਨੇ ਉਹ ਕਿਵੇਂ ਆਂਦੀਆਂ ਨੇ ਆਪਾਂ ਗੱਲਬਾਤ ਮਾਹਰਾਂ ਦੇ ਨਾਲ ਕਰਦੇ ਹਾਂ ਡਾਕਟਰ ਆਸ਼ਮਾਨ ਪ੍ਰੀਤ ਨੇ ਡਾਕਟਰ ਸਾਹਿਬ ਇਹ ਕੀ ਦਫਾਫਾ ਜਲਾਇਆ ਹੋਇਆ ਔਰ ਕੰਨੇ ਕੀ ਇਹਨੂੰ ਤੇਦਾ ਫਾਇਦਾ ਕੀ ਹੈ ਕਿਸਾਨਾਂ ਨੂੰ ਇਹ ਫੇਰੋਮੋਨ ਟ੍ਰੈਪਸ ਇਹਨਾਂ ਨੂੰ ਆਖਿਆ ਜਾਂਦਾ ਜੀ ਇਹ ਜਿਹੜੀ ਗੁਲਾਬੀ ਸੁੰਡੀ ਲਈ ਨਰਮੇ ਦੀ ਫਸਲਾਂ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਆ ਸੋ ਇਹਦੇ ਇਹ ਇੱਕ ਇੰਡੀਕੇਸ਼ਨ ਦਾ ਕੰਮ ਕਰਦਾ ਕਿ ਗੁਲਾਬੀ ਸੁੰਡੀ ਦਾ ਹਮਲਾ ਖੇਤ ਦੇ ਵਿੱਚ ਹੈ ਜਾਂ ਨਹੀਂ ਮਤਲਬ ਸਪਰੇਅ ਦੀ ਲੋੜ ਹੈ ਜਾਂ ਨਹੀਂ ਕਿਉਂਕਿ ਪਿਛਲੇ 2-3 ਸਾਲਾਂ ਤੋਂ ਗੁਲਾਬੀ ਸੁੰਡੀ ਵੀ ਜਿਹੜਾ ਹੈਗਾ ਇੱਕ ਮੁੱਖ ਕੀੜਾ ਨਰਮੇ ਦਾ ਬਣਿਆ ਹੋਇਆ ਚਿੱਟੀ ਮੱਖੀ ਤੋਂ ਇਲਾਵਾ ਸੋ ਇਹਦੇ ਵਿੱਚ ਇਹ ਟਰੈਪ ਹੈਗਾ ਇਹਦੇ ਵਿੱਚ ਇੱਕ ਜਿਹੜਾ ਹੈਗਾ ਇਹ ਲਿਓਰ ਲਗਾਇਆ ਜਾਂਦਾ ਫੀਮੇਲ ਹਾਰਮੋਨ ਸੋ ਫੀਮੇਲ ਜਿਹੜਾ ਮਾਦਾ ਦਾ ਹਾਰਮੋਨ ਇਹਦੇ ਵਿੱਚ ਲਗਾ ਕੇ ਤੇ ਇਸ ਨੂੰ ਖੇਤ ਦੇ ਵਿੱਚ ਜਿਹੜਾ ਹੈਗਾ ਲਗਾ ਦਿੱਤਾ ਜਾਂਦਾ ਸੋ ਇਹ ਦੀ ਜਿਹੜੀ ਹੈਗੀ ਆ ਹਾਰਮੋਨ ਦੀ ਸਮੈਲ ਨਾਲ ਜਿਹੜਾ ਜਿਹੜੇ ਇਹਦੇ ਹੈਗੇ ਆ ਨਾਰਾ ਪਿੰਕ ਪਿੰਕ ਬਾਲ ਬੌਮ ਦੇ گلابی ਸੁੰਡੀ ਦੇ ਉਹ ਜਿਹੜੇ ਭਮੱਕੜ ਆ ਉਹ ਪਤੰਗੇ ਇਹਦੇ ਵਿੱਚ ਆ ਕੇ ਜਿਹੜੇ ਹੈਗੇ ਆ ਫਸ ਜਾਂਦੇ ਆ ਇਸ ਲਫਾਫੇ ਦੇ ਵਿੱਚ ਸੋ ਇਹ ਜਿਹੜਾ ਅਸੀਂ ਹਫਤੇ ਬਾਅਦ ਇਹਦੀ ਜਿਵੇਂ ਰੀਡਿੰਗ ਇਹਦੀ ਅਸੀਂ ਨੋਟ ਕਰਦੇ ਆਂ ਸੋ ਉੱਥੋਂ ਪਤਾ ਲੱਗਦਾ ਵੀ ਮਤਲਬ ਦੇਖੋ ਜੇ ਇਹਦੇ ਵਿੱਚ ਕੋਈ ਵੀ ਪਤੰਗਾ ਨਹੀਂ ਹੈਗਾ ਤਾਂ ਇਹਦਾ ਮਤਲਬ ਜਿਹੜਾ ਹੈਗਾ ਆਪਣਾ ਨਰਮਾ ਜਿਹੜਾ ਹੈਗਾ ਉਹਦੇ ਤੇ ਗਲਾਬੀ ਸੁੰਡੀ ਦਾ ਹਮਲਾ ਨਹੀਂ ਹੈਗਾ। ਪਰ ਆਪਾਂ ਬਾਪ ਸਕਦੇ ਆ ਕਿ ਗਲਾਬੀ ਸੁੰਡੀ ਦਾ ਹਮਲਾ ਕਿੰਨਾ ਕਿੰਨੀ ਤਦਾਦ ਦੇ ਵਿੱਚ ਹੈ ਕਿ ਇਲਾਜ ਹੈ ਸੀ ਦਾ ਕੀ ਹੈ ਇਹ? ਨਹੀਂ ਇਲਾਜ ਨਹੀਂ ਇਲਾਜ ਤਾਂ ਨਹੀਂ ਪ੍ਰੋਪਰ ਕਹਿ ਸਕਦੇ ਵੀ ਮੈਂ ਕਹਾਂ ਵੀ ਇਹ ਕੀੜੇ ਮਾਰ ਦਵਾਈਆਂ ਦਾ ਕੰਮ ਹੀ ਕਰੂਗਾ ਇਹ ਤਾਂ ਨਹੀਂ ਹੋ ਸਕਦਾ। ਪਰੰਤੂ ਇੰਡੀਕੇਸ਼ਨ ਜ਼ਰੂਰ ਆ ਵੀ ਇਹਦੇ ਤੋਂ ਪਤਾ ਲਾਇਆ ਜਾ ਸਕਦਾ ਵੀ ਸਪਰੇਅ ਦੀ ਲੋੜ ਹੈ ਜਾਂ ਨਹੀਂ। ਅਤੇ ਕੁਸ਼ ਮਾਤਰਾ ਚ ਆਪਾਂ ਇਹਨੂੰ ਇੱਕ ਬਾਇਓਲੋਜੀਕਲ ਕੰਟਰੋਲ ਜਾਂ ਮਕੈਨੀਕਲ ਕੰਟਰੋਲ ਵੀ ਇਹਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਚ ਜਿਹੜੇ ਨਾਰਾ ਜਿਨ੍ਹਾਂ ਨੇ ਅੱਗੇ ਜਾ ਕੇ ਜਨਸੰਖਿਆ ਵਧਾਉਣੀ ਆ ਸੋ ਉਹ ਨਾਰਾ ਜਿਹੜੇ ਇਹਦੇ ਵਿੱਚ ਫਸ ਕੇ ਉਹ ਮਰ ਜਾਂਦੇ ਆ ਸੋ ਕਿਤੇ ਨਾ ਕਿਤੇ ਕੁਸ਼ ਪਰਸੈਂਟ ਆਪਾਂ ਕਹਿ ਸਕਦੇ ਆ ਵੀ ਇੱਕ ਅੱਧੀ ਸਪਰੇ ਟਾਲੀ ਜਾ ਸਕਦੀ ਆ ਮੇਨ ਇੰਡੀਕੇਸ਼ਨ ਦਾ ਕੰਮ ਕਰਦਾ ਵੀ ਗੁਲਾਬੀ ਸੁੰਢੀ ਲਈ ਜਿਹੜੀਆਂ ਛਪਾਰਸ਼ੂ ਦਾ ਕੀਟਨਾਸ਼ਕ ਦਵਾਈਆਂ ਨੇ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਉਹਨਾਂ ਦਾ ਛੜਕਾ ਦਾ ਟਾਈਮ ਹੈ ਜਾਂ ਨਹੀਂ ਅਟੈਕ ਹੈ ਜਾਂ ਨਹੀਂ ਕਿਸਾਨ ਨੂੰ ਸਮੇਂ ਰੇਂਦੇ ਪਤਾ ਲੱਗ ਜਾਂਦਾ ਹੈ ਕਿ ਆਹ ਬਿਮਾਰੀ ਹੈ ਆਹ ਸੁੰਡੀ ਹੈ ਔਰ ਇੰਨੀ ਮਾਤਰਾ ਚ ਹੈ ਇਹੀ ਕਹਾਂਗੇ ਹਾਂ ਹਾਂ ਬਿਲਕੁਲ ਜੀ ਇਹ ਇੰਡੀਕੇਸ਼ਨ ਦਾ ਕੰਮ ਕਰਦਾ ਸੋ ਇਹ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿੰਨੇ ਵੀ ਕਿਸਾਨ ਭਰਾਵਾਂ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਨਰਮਾ ਬੀਜਿਆ ਜਿੰਨਾ ਵੀ ਸਾਡਾ ਰਕਬਾ ਸਾਰਾ ਇਹਨਾਂ ਦੇ ਨਾਲ ਕਵਰ ਕੀਤਾ ਜਾਵੇ ਤੁਸੀਂ ਇਸ ਖੇਤ ਦੇ ਵਿੱਚ ਵੀ ਸਰਦਾਰ ਬਲਜੀਤ ਸਿੰਘ ਦੇ ਖੇਤ ਦੇ ਵਿੱਚ ਵੀ ਤੁਸੀਂ ਦੇਖੋਗੇ ਇੱਥੇ ਆਪਾਂ ਜੋਧਪੁਰ ਰਮਾਣੇ ਖੜੇ ਆ ਇਸ ਖੇਤ ਦੇ ਵਿੱਚ ਵੀ ਜਿਹੜੇ ਹੈਗੇ ਆ ਇਹਨਾਂ ਨੇ ਦੋ ਤਿੰਨ ਟਰੈਪਸ ਆ ਜਿਹੜੇ ਲਾਏ ਹੋਏ ਆ ਸੋ ਇਹੀ ਆ ਵੀ ਪਿੰਕ ਬਾਲ ਬੌਮ ਦਾ ਅਟੈਕ ਪਤਾ ਕਰਨ ਵਾਸਤੇ ਇਹ ਟਰੈਪ ਆ ਜਿਹੜੇ ਉਹ ਮਹਿਕਮਾ ਖੇਤੀਬਾੜੀ ਵੱਲੋਂ ਲਗਾਏ ਗਏ ਆ ਬਿਲਕੁਲ ਵੱਖਰੀ ਐਫਰਟਸ ਜ਼ਰੂਰ ਆ ਔਰ ਵੱਖਰੀ ਤਕਨੀਕ ਆ ਜਿਸ ਦੇ ਨਾਲ ਇਹ ਪਤਾ ਲਾਇਆ ਜਾਂਦਾ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਕਿੰਨਾ ਹੈ ਕਿੰਨੀ ਤਦਾਦ ਆ ਗਲਾਬੀ ਸੁੰਡੀ ਦੀ ਔਰ ਕਿੰਨੀਆਂ ਸੁੰਡੀਆਂ ਨੇ ਜਿਹੜੀਆਂ ਇਸ ਟਰੈਪ ਦੇ ਵਿੱਚ ਫਸਦੀਆਂ ਨੇ ਉਸ ਦੇ ਹਿਸਾਬ ਦੇ ਨਾਲ ਅੱਗੇ ਸਪਰੇਅ ਹੈ ਜਾਂ ਜਿਹੜੇ ਛੜਕਾਅ ਵਹ ਉਸ ਦੀ ਸਿਫਾਰਸ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਪਟੰਡਾ ਤੋਂ ਸੂਰਜਪਾਨ ਨਿਊਜ਼ 18 ਪੰਜਾਬ